ਦੋਕਨੀ ਕੰਤਨਾ ਅਮਰਦਾਸ ਗੁਰ ਹਿਰਦੈ ਤਾ ਵੋ ਹਿਰਦੈ ਤਾ ਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ गुरु हर जन विगनन विगननेना गुरु हर गोविन्द शोभ मत शोभ मतका गुरु हर राय न मो जो ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਨਮਨੈ ਬੋਰੀ ਨਮਨੈ ਬੋਰੀ ਤੇਗ ਬਹਾਦਰ ਪਰਮ ਕੇਰਪਾ ਨਾ ਜੀ ਪਰਮ ਕੇਰਪਾ ਗੁਰ ਗੋਬਿੰਦ ਸਿੰਘ ਬਿਸਾ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪੁਰ ਪੁਨ ਪੁਨ ਸੀ ਸਾਜੀ ਪੁਨ ਪੁਨ ਸੀ ਬੰਦੋ ਬਾਰ ਬਾਰ ਜਗਦੀ ਬੰਦੋ ਬਾਰ ਬਾਰ ਜਗਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸੰਧਿਆ ਵੇਲੇ ਦੀਵਾਨਾ ਅੰਦਰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ ਉਸ ਦੇ ਨਾਲ ਜੁੜਨ ਲਈ ਜੁੜ ਬੈਠੇ ਹੋ ਕੱਲ ਤਿੰਨ ਆਪਾਂ ਇਸ ਰਵਣ ਕੀਤਾ ਸੀ ਇੱਕ ਵੈਸ਼ਨੂ ਸਾਧੂ ਜੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਗਿਆ ਉੱਥੇ ਜਾ ਕੇ ਉਹਨੇ ਵੇਖਿਆ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਮੈਂ ਤੁਹਾਡੇ ਦਰਸ਼ਨ ਕਰਨੇ ਨੇ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਭਾਈ ਅਗਰ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ ਪਹਿਲਾਂ ਲੰਗਰ ਦੇ ਵਿੱਚੋਂ ਲੰਗਰ ਹਾਲ ਦੇ ਵਿੱਚੋਂ ਪ੍ਰਸ਼ਾਦਾ ਛੱਕਿਆ ਪਹਿਲਾਂ ਪ੍ਰਸ਼ਾਦਾ ਛਕਣਾ ਹੈ ਫਿਰ ਤੈਨੂੰ ਦਰਸ਼ਨ ਹੋਣਗੇ ਵਾਪਸ ਆਉਂਦਾ ਮਨ ਵਿੱਚ ਵਿਚਾਰ ਆਈ ਜੇ ਕੀਤੇ ਮੈਂ ਇੱਥੋਂ ਲੰਗਰ ਛਕ ਲਿਆ ਮੈਂ ਤੇ ਸੰਜਮ ਨਾਲ ਲੰਗਰ ਛਕਦਾ ਆਪਣੇ ਆਪ ਲੰਗਰ ਬਣਾਉਣਾ ਇਵੇਂ ਕਿਤੇ ਮੈਂ ਲੰਗਰ ਛਕ ਲਿਆ ਮੇਰਾ ਧਰਮ ਭ੍ਰਿਸ਼ਟ ਹੋ ਜਾਵੇਗਾ ਇਸ ਕਰਕੇ ਮੈਂ ਇੱਥੋਂ ਲੰਗਰ ਨਹੀਂ ਛਕਣਾ ਔਰ ਬਿਨਾ ਦਰਸ਼ਨ ਕੀਤੇ ਵਾਪਸ ਮੁੜਿਆ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦਾ ਸੀ ਇਸ ਲਈ ਸੋਚਦਾ ਮੈਂ ਇਹਨਾਂ ਦੇ ਦਰਸ਼ਨ ਨਹੀਂ ਕੀਤੇ ਆਪਣੇ ਮਨ ਦੇ ਵਿੱਚ ਭਰਮ ਵਿੱਚ ਆਇਆ ਔਰ ਇਸ ਦਾ ਪ੍ਰਸ਼ਚਿਤ ਕਰਨ ਦੇ ਲਈ ਦਵਾਰਕਾਪੁਰੀ ਵਿੱਚ ਚੱਲਿਆ ਚੱਲਦਾ ਰਿਹਾ ਰਾਸਤੇ ਦੇ ਵਿੱਚ ਉਸ ਨੇ ਇਕਾदशी ਦਾ ਵਰਤ ਰੱਖ ਲਿਆ ਕਣਕੋਰ ਵਿਆਬਾਨ ਜੰਗਲ ਦੂਰ ਦੂਰ ਤੱਕ ਕੋਈ ਮਨੁੱਖ ਨਹੀਂ ਸੀ ਨਜ਼ਰ ਆ ਰਿਹਾ ਉੱਤੋਂ ਬਾਰਿਸ਼ ਪੈਣ ਲੱਗ ਪਈ ਰਹਿਣ ਵਾਸਤੇ ਸਥਾਨ ਵੀ ਕੋਈ ਨਹੀਂ ਖਾਣ ਵਾਸਤੇ ਪ੍ਰਸ਼ਾਦਾ ਵੀ ਕੋਈ ਨਹੀਂ ਅਡੋਲ ਹੋ ਕੇ ਸ਼੍ਰੀ ਕ੍ਰਿਸ਼ਨ ਦੀ ਭਗਤੀ ਕਰਦਾ ਹੈ ਆਓ ਹੁਣ ਜਿਵੇਂ ਅੱਗੇ ਕਥਾ ਚੱਲਦੀ ਹੈ ਬੜੇ ਪਿਆਰ ਸਤਕਾਰ ਨਾਲ শ্রবণ ਕਰੀਏ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਦੇ ਨਾਲ ਸਾਂਝ ਪਾਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕ੍ਰਿਸ਼ਨ ਪ੍ਰੀਤ ਇੱਕ ਆਸ ਨਾ ਔਰੀ ਦੂਤਿਆ ਨੀਖਤ ਕੋ ਤਿਸ ਥੋਰੀ ਆਪਣੇ ਮਨ ਚ ਸੋਚਦਾ ਮੀ ਤੇ ਪੈ ਰਿਆ ਮੁਸ਼ਕਲ ਬੜੀ ਹੈ ਪਰ ਮਨ ਦੇ ਵਿੱਚ ਆਸ ਇੱਕ ਹੀ ਹੈ ਸ਼੍ਰੀ ਕ੍ਰਿਸ਼ਨ ਜੀ ਜੇ ਕਿਤੇ ਉਹ ਮੈਨੂੰ ਮਿਲ ਜਾਣ ਦਿਵਸ ਦਵਾ ਦਸੀ ਕੇ ਚਿਤ ਤਮੰਤਾ ਵਰਤਉ ਪਾਰਨ ਵਿਦ ਨਾ ਲਹੰਤਾ ਦੂਜਾ ਦਿਨ ਆ ਗਿਆ ਦਵਾ ਦਸੀ ਪਰ ਵਰਤ ਖੋਲਣ ਦਾ ਉਹਨੂੰ ਕੋਈ ਵੀ ਸਮਾਂ ਨਾ ਮਿਲਿਆ ਕੋਈ ਪਦਾਰਥੀ ਨਾ ਮਿਲਿਆ ਖੁੱਲੇ ਕਿਵੇਂ ਇਸ ਕਰਕੇ ਬੜਾ ਵਿਆਕੁਲ ਹੋ ਗਿਆ ਹੈ ਕ੍ਰਿਸ਼ਨ ਕ੍ਰਿਸ਼ਨ ਅਰਾਧਤ ਖਰਿਓ ਏਕ ਪ੍ਰੇਮ ਮੈਂ ਮਨ ਰਹਿ ਕਿਰਿਓ ਖੜਾ ਹੋ ਕੇ ਕ੍ਰਿਸ਼ਨ ਕ੍ਰਿਸ਼ਨ ਅਰਾਧਾ ਬਹਿਣ ਦੀ ਵੀ ਥਾਂ ਨਹੀਂ ਦਰਖਤ ਦੇ ਥੱਲੇ ਖੋਖਰ ਵਿੱਚ ਖੜਾ ਹੋ ਗਿਆ ਔਰ ਮਨ ਦੇ ਵਿੱਚ ਇਹ ਆਸ ਕਰੀ ਜਾਂਦਾ ਹੈ ਭਗਤ ਵੱਛਲ ਪ੍ਰਭ ਦੀਨ ਕਿਰਪਾਲਾ ਜਾਨਿਓ ਜਾਨਿਓ ਪ੍ਰੇਮ ਜਾਗਿ ਜਾਨਿਓ ਜਾਗਿਓ ਪ੍ਰੇਮ ਵਿਸਾਲਾ ਪਰ ਪ੍ਰਮਾਤਮਾ ਭਗਤ ਵੱਛਲ ਹੈ ਉਹ ਆਪਣੇ ਨਾਮ ਦੀ ਪ੍ਰਮਾਤਮਾ ਦੀ ਇਹ ਬੰਦਗੀ ਕਰ ਰਿਹਾ ਹੈ ਪ੍ਰਮਾਤਮਾ ਭਗਤ ਵੱਛਲ ਹੈ ਉਹਨੇ ਸਮਝਿਆ ਇਹਦੀ ਮੇਰੇ ਤੋਂ ਬਿਨਾ ਆਸ ਕੋਈ ਨਹੀਂ ਇਹ ਦਿਨ ਰਾਤ ਮੇਰਾ ਹੀ ਨਾਮ ਜਪ ਰਿਹਾ ਹੈ ਕਿਉਂਕਿ ਜੇ ਇਹਦੀ ਬੇਇੱਜ਼ਤੀ ਹੁੰਦੀ ਆ ਤੇ ਫਿਰ ਮੇਰੀ ਬੇਇੱਜ਼ਤੀ ਹੋਣੀ ਭਗਤ ਬਾਣੀ ਵਿੱਚ ਕਹਿੰਦੇ ਵੀ ਨੇ ਜੋ ਰਾਜ ਦੇਹ ਭਗਤ ਨਾਮਦੇਵ ਜੀ ਜੋ ਰਾਜ ਦੇਹ ਤਾਂ ਕਵਨ ਵਡਾਈ ਜੋ ਭੀਖ ਮੰਗਾਏ ਤਾਂ ਕਿਆ ਘਟ ਜਾਈ ਇਹ ਪ੍ਰਮਾਤਮਾ ਜੇ ਤੂੰ ਮੈਨੂੰ ਦੁਨੀਆ ਦਾ ਰਾਜਾ ਵੀ ਬਣਾ ਦੇਗਾ ਮੇਰਾ ਕੁਝ ਨਹੀਂ ਵਧ ਜਾਣਾ ਤੇ ਜੇ ਕਿ ਤੂੰ ਮੈਨੂੰ ਪਖਾਰੀ ਵੀ ਬਣਾ ਦੇਗਾ ਮੇਰਾ ਘਟਣਾ ਕੁਝ ਨਹੀਂ ਹੈ ਵਧੇਗਾ ਤੇ ਤੇਰਾ ਵਦਣਾ ਹੈ ਕਟੇਗਾ ਤੇ ਤੇਰਾ ਕਟਣਾ ਮੇਰਾ ਕਟਾ ਨਹੀਂ ਹੈ ਦੇ ਵਿੱਚ ਇਸ ਕਰਕੇ ਭਗਤਾਂ ਦੀ ਆਸ ਪਰਮਾਤਮਾ ਹੈ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਕਿੰਦੇ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਨਾ ਤੂੰ ਆਵੇਂ ਵਸ ਧਰਤੀ ਧਾਈਏ ਨਾ ਤੂੰ ਆਵੇਂ ਵਸ ਤੀਰਥ ਨਾਈਏ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ हे ਪ੍ਰਮਾਤਮਾ ਤੇਰੇ ਅੱਗੇ ਬਹੁਤੇ ਘਿਹਣੇ ਕੋਈ ਪਾਉਂਦਾ ਰਹੇ ਤੂੰ ਤਾਂ ਵੀ ਵਸ ਵਿੱਚ ਨਹੀਂ ਆਉਂਦਾ ਤੇਰੇ ਗਿਆਨ ਦੀਆਂ ਗੱਲਾਂ ਕੋਈ ਕਰਦਾ ਰਹੇ ਤੂੰ ਤਾਂ ਵੀ ਵਸ ਵਿੱਚ ਨਹੀਂ ਆਉਂਦਾ ਕੋਈ ਧਰਤੀ ਤੇ ਘੁੰਮਦਾ ਰਹੇ ਤੇਰੇ ਨਾਮ ਦੇ ਅਰਥ ਫਿਰ ਤੂੰ ਤਾਂ ਵੀ ਵਸ ਵਿੱਚ ਨਹੀਂ ਆਉਂਦਾ ਤੂੰ ਤੀਰਥਾਂ ਤੇ ਨਾ ਆਵੇਂ ਵਸ ਨਹੀਂ ਆਉਂਦਾ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ ਨਾ ਤੂੰ ਆਵੇ ਬਸ ਬਹੁਤਾ দান ਦੇ ਜੇ ਕੋਈ ਸਿਆਣਪਾ ਵੀ ਕਰੇ ਪਰਮਾਤਮਾ ਤਾਂ ਵੀ ਵਸ ਵਿੱਚ ਨਹੀਂ ਆਉਂਦਾ ਤੇ ਅੱਗੇ ਇਹ ਵੱਡੀ ਗੱਲ ਮਹਾਰਾਜ ਬੜੀ ਵਧੀਆ ਕਹਿੰਦੇ ਨੇ ਕਹਿ ਰਹੇ ਨੇ ਕਹਿੰਦੇ ਬਹੁਤਾ দান ਵੀ ਕੋਈ ਦੇਈ ਜਾਵੇ ਤਾਂ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ ਕਈ ਵਾਰੀ ਮਨੁੱਖ ਸੋਚਦਾ ਹੈ ਸ਼ਾਇਦ দান ਕਿਉਂਕਿ দান ਜਿਹੜਾ ਹੈ ਮਨੁੱਖ ਦੇ ਹੀ ਨਹੀਂ ਸਕਦਾ ਉਹਨਾਂ ਕੋ ਦੁਨੀਆ ਤੇ ਕੁਝ ਵੀ ਬਣ ਸਕਦਾ ਪਰ ਦਾਨੀ ਨਹੀਂ ਬਣ ਸਕਦਾ ਕਾਰਨ ਕੀ ਹੈ ਕਿਉਂਕਿ ਸਭ ਕੁਝ ਤੇ ਉਹਦਾ ਹੀ ਦਿੱਤਾ ਹੋਇਆ ਹੈ ਦਾਨ ਕੇ ਨੂੰ ਦੇਗਾ ਇਹ ਪੰਜ ਤਤ ਕਰ ਸ੍ਰਿਸ਼ਟ ਸਭ ਸਾਜੀ ਪੰਜਾਂ ਤਤਾਂ ਦੇ ਨਾਲ ਉਹਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਪੰਜਾਂ ਤਤਾਂ ਦੇ ਹੀ ਸਭ ਕੁਝ ਬਣਿਆ ਹੋਇਆ ਹੈ ਤੇ ਬਣਾਏ ਪ੍ਰਮਾਤਮਾ ਨੇ ਫਿਰ ਪ੍ਰਮਾਤਮਾ ਦੇ ਕਿ ਕੀ ਦਾਨ ਦੇਗਾ ਭਗਤ ਰਵਿਦਾਸ ਜੀ ਬਾਣੀ ਚ ਕਹਿੰਦੇ ਨੇ ਕੀ ਚੜਾਵਾਂ ਮੈਂ ਤੇਰੇ ਅੱਗੇ ਚੜਾਇਆ ਕੁਝ ਜਾ ਹੀ ਨਹੀਂ ਸਕਦਾ ਪ੍ਰਮਾਤਮਾ ਤੇਰੇ ਅੱਗੇ ਕੁਝ ਨਹੀਂ ਚੜਾਇਆ ਜਾ ਸਕਦਾ ਕਿਉਂ ਸਭ ਕੁਝ ਤੇ ਤੇਰਾ ਦਿੱਤਾ ਹੈ ਮੇਰਾ ਕੁਝ ਨਹੀਂ ਹੈ ਜਿਹਦਾ ਸਰੀਰ ਦਿੱਤਾ ਜਿਹਦਾ ਮਨ ਜੀਉ ਸਭ ਕੁਝ ਮਹਾਰਾਜ ਬਾਣੀ ਚ ਕਹਿੰਦੇ ਨੇ ਜੀਉ ਪਿੰਡ ਸਭ ਤੇਰਾ ਸਰੀਰ ਉਹਦਾ ਅੰਦਰ ਦੀ ਆਤਮਾ ਉਹਦੀ ਫਿਰ ਇਹ ਤਾਂ ਤੇ ਹੰਕਾਰ ਹੀ ਹੈ ਬਸ ਹੋਰ ਕੁਝ ਨਹੀਂ ਹੈ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਦਾਨ ਨਹੀਂ ਦਿੱਤਾ ਜਾ ਸਕਦਾ ਰਬਾਣੀ ਅੰਤ ਦੇ ਵਿੱਚ ਕਹਿੰਦੀ ਆ ਸਭ ਕੁਝ ਤੇਰਾ ਵਸ ਅਗੰਮ ਅਗੋਚਰਾ ਦੁਨੀਆ ਦੀ ਹਰੇਕ ਵਸਤੂ ਪਰਮਾਤਮਾ ਦੇ ਵਸ ਵਿੱਚ ਹੈ ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਪਰਮਾਤਮਾ ਤੋਂ ਬਾਹਰ ਨਹੀਂ ਕਰ ਰਿਹਾ ਉਹ ਕਈ ਫਿਰੇ ਸ਼ੰਕਾ ਕਰਨਗੇ ਜਿਹੜੇ ਚੋਰ ਨੇ ਡਾਕੂ ਨੇ ਇਹ ਵੀ ਪਰਮਾਤਮਾ ਉਹ ਵੀ ਹਦੇ ਹੁਕਮ ਚ ਨੇ ਇਹ ਉਹਦੀ ਖੇਡ ਹੈ ਚੋਰ ਵੀ ਬਣਾਉਣੇ ਉਹਦੀ ਖੇਡ ਹੈ ڈاکੂ ਵੀ ਉਹਦੀ ਖੇਡ ਨੇ ਜੋ ਕੋ ਚੰਗਾ ਮਾੜਾ ਜੋ ਵੀ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ ਇਹ ਹੀ ਤੇ ਉਹਦਾ ਹੁਕਮ ਹੈ ਇਹ ਜਿਹੜੀ ਧਰਤੀ ਇੱਕ ਖੇਲ ਹੈ ਔਰ ਖੇਲ ਵਿੱਚ ਦੋਵੇਂ ਸੈਡਾਂ ਚਾਹੀਦੀਆਂ ਨਹੀਂ ਦੁਨੀਆ ਇੱਕ ਤਮਾਸ਼ਾ ਹੈ ਪ੍ਰਮਾਤਮਾ ਦੇ ਹੱਥ ਵਿੱਚ ਡੋਰੀਆਂ ਜਿਵੇਂ ਪਹਿਲਾਂ ਆਪਾਂ ਵੇਖਨੇ ਗੁੱਡੀਆਂ ਦਾ ਖੇਡ ਰਾਜਾ Rajasthan ਦੇ ਵਿੱਚ ਹੁੰਦਾ ਹੈ ਉਹ ਅੱਗੇ-ਅੱਗੇ ਨੱਚਦੀਆਂ ਹੁੰਦੀਆਂ ਨੇ ਪੁਤਲੀਆਂ ਜੀਆਂ ਤੇ ਉਹਨਾਂ ਦੀਆਂ ਡੋਰੀਆਂ ਪਿੱਛੇ ਜਿਹੜਾ ਤਮਾਸ਼ਾ ਵਿਖਾਉਂਦਾ ਉਹਨਾਂ ਦੇ ਵਿੱਚ ਹੱਥ ਵਿੱਚ ਹੁੰਦੀਆਂ ਨੇ ਬਾਣੀ ਇਵੇਂ ਕਹਿੰਦੀ ਹੈ ਜਿੰਨੇ ਵੀ ਮਨੁੱਖ ਨੇ ਪ੍ਰਮਾਤਮਾ ਤੇਰਾ ਬਣਾਇਆ ਹੋਇਆ ਤਮਾਸ਼ਾ ਹੈ ਸਾਰਾ ਮਨੁੱਖ ਸਿਰਫ ਹੰਕਾਰ ਕਰਦਾ ਮੈਂ ਕੁਝ ਕਰ ਰਿਹਾ ਕਰ ਇਹ ਕੁਝ ਨਹੀਂ ਰਿਹਾ ਸਭ ਕੁਝ ਹੋ ਰਿਹਾ ਸਭ ਕੁਝ ਕਰਾਇਆ ਜਾ ਰਿਹਾ ਐਂਨੇ ਪ੍ਰਭ ਡੋਰੀ ਹੱਥ ਤੇਮਾਰੇ ਏ ਪ੍ਰਮਾਤਮਾ ਡੋਰੀ ਤੇਰੇ ਹੱਥ ਵਿੱਚ ਹੈ ਜੀਮ ਗੁਰੂ ਨਾਨਕ ਸਾਹਿਬ ਨੇ ਤੇ ਇਹ ਵੀ ਕਿਹਾ ਕਹਿੰਦੇ ਜੋ ਕੁਝ ਪ੍ਰਮਾਤਮਾ ਤੂੰ ਮੇਰੇ ਤੋਂ ਬੁਲਾ ਰਿਹਾ ਹੈ ਮੈਂ ਨਹੀਂ ਬੋਲ ਰਿਹਾ ਤੂੰ ਜੋ ਬੁਲਾ ਰਿਹਾ ਹੋਵੇਂ ਮੈਂ ਬੋਲ ਰਿਹਾ ਹਾਂ ਹਉ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ ਇਹ ਪ੍ਰਮਾਤਮਾ ਵਾਹਿਗੁਰੂ ਸਾਰੀ ਦੁਨੀਆ ਤੇਰੇ ਵਸ ਵਿੱਚ ਹੈ ਪਰ ਜਿਹਦੇ ਵਸ ਵਿੱਚ ਸਾਰੀ ਦੁਨੀਆ ਹੈ ਉਹ ਭਗਤਾਂ ਦੇ ਵਸ ਵਿੱਚ ਹੈ ਭਗਤ ਚਾਹਣ ਪ੍ਰਮਾਤਮਾ ਤੋਂ ਕੁਝ ਵੀ ਕਰਾ ਸਕਦੇ ਨੇ ਜਿਵੇਂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਟਾਈਮ ਇੱਕ ਸਿੱਖ ਹੋਇਆ ਉਹਨੇ ਆਪਣੇ ਘਰ ਦੇ ਵਿੱਚ ਮਹਾਰਾਜ ਜੀ ਤੋਂ ਆਗਿਆ ਲੈ ਕੇ ਇਹ ਸੋਚ ਲਿਆ ਮਹਾਰਾਜ ਮੈਂ ਆਪਣਾ ਨਵਾਂ ਕੰਮ ਖੋਲਣ ਲੱਗਿਆ ਇੱਟਾਂ ਦਾ ਪੱਠਾ ਲਾਉਣ ਲੱਗਿਆ ਕਿਰਪਾ ਕਰੋ ਮਹਾਰਾਜ ਜੀ ਨੇ ਦੱਸਿਆ ਜਿਸ ਦਿਨ ਖੋਲਣਾ ਹੈ ਉਸ ਦਿਨ ਸੰਗਤ ਬੁਲਾਇਓ ਉਹਨਾਂ ਨੂੰ ਪੋਜਣ ਸਿਖਾਇਓ ਉਹਨੇ ਆਪਣਾ ਸਾਰਾ ਕੁਝ ਲੈ ਕੇ ਸੰਗਤ ਨੂੰ ਲੰਗਰ ਸਿਖਾਇਆ ਜਿਸ ਦਿਨ ਖੋਲਣਾ ਸੀ ਅੰਤ ਦੇ ਵਿੱਚ ਇੱਕ ਸਿੱਖ ਰਹਿ ਗਿਆ ਉਹਨੇ ਕਿਹਾ ਭਾਈ ਲੰਗਰ ਇਹਨੇ ਜਾ ਲੰਗਰ ਨਹੀਂ ਹੈ ਇੱਥੇ ਉਹ ਵੀ ਕਿਸੇ ਰਮਝ ਦੀ ਗੱਲ ਸੀ ਉਹ ਵੀ ਤੁਰਿਆ ਵਾਪਸ ਉਹ ਕਹਿੰਦਾ ਰਹਿਣਗੀਆਂ ਕੱਚੀਆਂ ਹੀ ਖੋਲੋ ਜਾ ਕੇ ਪੱਟਾ ਕੱਚੀਆਂ ਰਹਿਣਗੀਆਂ ਆਕੇ ਉਹ ਸਾਰੇ ਗਏ ਉੱਥੇ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਭਾਈ ਬੁੱਧੂ ਸਿੱਖ ਦਾ ਨਾਂ ਹੈ ਉਹਨੇ ਆਵਲ ਆਇਆ ਕਹਿੰਦੇ ਮਹਾਰਾਜ ਫਲਾਣੇ ਸਿੱਖ ਨੇ ਆਕੇ ਕਿਹਾ ਕੱਚੀਆਂ ਰਹਿਣਗੀਆਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਤੇ ਬੜੀ ਬੰਦਗੀ ਵਾਲਾ ਹੈ ਕਹਿੰਦੇ ਭਾਈ ਰਹਿਣਗੀਆਂ ਤੇ ਹੁਣ ਕੱਚੀਆਂ ਹੀ ਮਹਾਰਾਜ ਫਿਰ ਤੁਹਾਡਾ ਹੁਕਮ ਕੀ ਹੋਇਆ ਤੁਸੀਂ ਤੇ ਕਹਿੰਦੇ ਸੀ ਪੱਕਣਗੀਆਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਗਤ ਦੇ ਅੱਗੇ ਸਾਡਾ ਫਿਰ ਹੁਕਮ ਨਹੀਂ ਹੈ ਮਾਣੀ ਕਹਿੰਦੀ ਆ ਸਭ ਕੁਝ ਤੇਰਾ ਵਸ ਅਗੰਗ ਅਗੋਚਰਾ ਸ਼ੈਦ ਪ੍ਰਮਾਤਮਾ ਜੋ ਕਰ ਦਵੇ ਉਹਨੂੰ ਛਡਾਣ ਵਾਲੇ ਭਗਤ ਹੈ ਨਹੀਂ ਜੋ ਭਗਤ ਨੇ ਕਰ ਦਿੱਤਾ ਉਹਨੂੰ ਛਡਾਣ ਵਾਲਾ ਦੂਜਾ ਭਗਤ ਤੇ ਹੈ ਪ੍ਰਮਾਤਮਾ ਨਹੀਂ ਉਹ ਤੇ ਇਨਕਾਰੀ ਹੁੰਦਾ ਭਗਤ ਦੀ ਕੀਤੀ ਤੇ ਪ੍ਰਮਾਤਮਾ ਨਹੀਂ ਜੋ ਭਗਤ ਨੇ ਕਹਿ ਦਿੱਤਾ ਉਹ ਆਦ ਕਲ ਸਤ ਹੋ ਜਾਏਗਾ ਮੁੜਦਾ ਨਹੀਂ ਉਹ ਵਾਪਸ ਗੁਰਵਰਜਨ ਸਾਹਿਬ ਕਹਿੰਦੇ ਭਾਈ ਮੁੜੇਗਾ ਤੇ ਹੁਣ ਨਹੀਂ ਪਰ ਜਦ ਤੇਰੀਆਂ ਪੱਕੀਆਂ ਦੇ ਭਾਅ ਵੇਖ ਜਾਣਗੀਆਂ ਬਚਨ ਸਾਡਾ ਵੀ ਰਹੇਗਾ ਕੱਚੀਆਂ ਹੈ ਨੇ ਪਰ ਪੱਕੀਆਂ ਦੇ ਭਾਅ ਵੇਖ ਜਾਣੀਆਂ ਇੱਟਾਂ ਖੋਲੀਆਂ ਜਾ ਕੇ ਕਿਲੇ ਦੀ ਦੀਵਾਰ ਟੁੱਟੀ ਔਰ ਰਾਜੇ ਦਾ ਉਹਨਾਂ ਕੋਲ ਮੈਸੇਜ ਆਇਆ ਇੱਟਾਂ ਚਾਹੀਦੀਆਂ ਕਹਿੰਦੇ ਪੱਕੀਆਂ ਤੇ ਨਹੀਂ ਥੋੜੀਆਂ ਕੱਚੀਆਂ ਨੇ ਕਹਿੰਦੇ ਕੋਈ ਨਹੀਂ ਅਰਜੈਂਟ ਲੋੜ ਹੈ ਹੋਰ ਕਿਤੇ ਇੱਟਾਂ ਵੀ ਹੈ ਨਹੀਂ ਉਹ ਡੇਢ ਗੁਣਾ ਮੋਲ ਤੇ ਸਾਰੀਆਂ ਇੱਟਾਂ ਵੇਗੀਆਂ ਬਚਨ ਸਿੱਖ ਦਾ ਵੀ ਰਿਹਾ ਇਸ ਕਰਕੇ ਇਹ ਭਗਤ ਹੈ ਔਰ ਪ੍ਰਮਾਤਮਾ ਦੀ ਬੰਦਗੀ ਵਿੱਚ ਹੈ ਔਰ ਤਾਣ ਵੀ ਇਹਨੂੰ ਪ੍ਰਮਾਤਮਾ ਦਾ ਹੈ ਫਿਰ ਜਦੋਂ ਮਨੁੱਖ ਨੂੰ ਪ੍ਰਮਾਤਮਾ ਦਾ ਤਾਣ ਹੋ ਜਾਂਦਾ ਹੈ ਪ੍ਰਮਾਤਮਾ ਉਹਦੀ ਮਦਦ ਵਾਸਤੇ ਖਲੋਂਦਾ ਹੈ ਗੱਲ ਤੇ ਸਿਰਫ ਤੇ ਸਿਰਫ ਭਰੋਸੇ ਦੀ ਹੈ ਇਸ ਕਰਕੇ ਪ੍ਰਮਾਤਮਾ ਨੇ ਸੋਚਿਆ ਭੁੱਖਾ ਮੇਰੇ ਨਾਮ ਦੀ ਬੰਦਗੀ ਕਰ ਰਿਹਾ ਹੈ ਮੈਨੂੰ ਜਾ ਕੇ ਇਸ ਦੀ ਮਦਦ ਕਰਨੀ ਚਾਹੀਦੀ ਹੈ ਮੋ ਬਿਨ ਇਸਕੇ ਆਸ ਨਾ ਔਰ ਕਨਨ ਪੋਰ ਬਿਖੈ ਅਸ ਠੌਰ ਭਗਵਾਨ ਕਹਿੰਦਾ ਮੇਰੇ ਤੋਂ ਬਿਨਾ ਇਹਦੀ ਆਸਰਾ ਕੋਈ ਨਹੀਂ ਹੁਣ ਇਹਦਾ ਆਸਰਾ ਤੇ ਕੋਈ ਨਹੀਂ ਹੈ ਔਰ ਵਿਆਬਾਨ ਜੰਗਲ ਦੇ ਵਿੱਚ ਇਹ ਫਸ ਗਿਆ ਹੈ ਮੈਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ ਅਪਨੋ ਜਨ ਜਾਣਿਓ ਯੁੱਤ ਪ੍ਰੇਮ ਚਾਹਤ ਭਏ ਕਰਨ ਕੋ ਛੇਮ ਉਹਨਾਂ ਨੇ ਉਸ ਨੂੰ ਆਪਣੇ ਪ੍ਰੇਮ ਦੇ ਵਿੱਚ ਲਿਪਤ ਵਿਖਿਆ ਤੇ ਭਗਵਾਨ ਸੋਚਦਾ ਹੈ ਮੈਨੂੰ ਜਾ ਕੇ ਇਸ ਨੂੰ ਆਨੰਦ ਸੁਖ ਬਖਸ਼ਣਾ ਚਾਹੀਦਾ ਹੈ ਆਨ ਰੂਪ ਕਰ ਨਿਆਏ ਆਹਾਰਾ ਤੇ ਆਗੇ ਧਰ ਅਨਤ ਸਿਧਾਰਾ ਕਹਿੰਦੇ ਹੋਰ ਰੂਪ ਤਰ ਕੇ ਰਬ ਆਇਆ ਆ ਕੇ ਕੱਚਾ ਭੋਜਨ ਉਹਦੇ ਸਾਹਮਣੇ ਰੱਖ ਦਿੱਤਾ ਹੈ ਮਾਈ ਦਾਸ ਸੋਹੋ ਭੋਜਨ ਦੇਖ ਸਹਿਤ ਪਹਿਤ ਕੇ ਭਾਂਤ ਵਿਸ਼ਖ ਜਦੋਂ ਮਾਈ ਦਾਸ ਨੇ ਵੇਖਿਆ ਕੱਚੇ ਝੋਲ ਅਤੇ ਕੱਚੀ ਦਾਲ ਉਸ ਦੇ ਸਾਹਮਣੇ ਪਈ ਹੈ ਮੈਂ ਆਚਾਰੀ ਸ਼ੰਕਰ ਠਾਨੀ ਬਿਨ ਸੰਯਮ ਕੇਨ ਆਨਿਓ ਪਾਨੀ ਸੋਚਣ ਲੱਗਾ ਮੈਂ ਤੇ ਸੰਜਮੀ ਨਾ ਕਰਮ ਕੰਡੀਆਂ ਮੈਂ ਤੇ ਛਕਣਾ ਹੀ ਨਹੀਂ ਮੈਂ ਕਹਿੰਦਾ ਰੋਟੀ ਤੇ ਆ ਗਈ ਐ ਪਰ ਮੈਨੂੰ ਕੀ ਪਤਾ ਕੌਣ ਦੇ ਗਿਆ ਮੈਂ ਤੇ ਐਵੇਂ ਲੰਗਰ ਨਹੀਂ ਛਕਾਂਗਾ ਸੁੱਚ ਸੌਚ ਕੇ ਅੰਤਰ ਖਾਓ ਬਿਗ ਰਹਿ ਨੇਮ ਜੇ ਇਸ ਮੁਖ ਪਾਓ ਕਹਿੰਦੇ ਮੈਂ ਤੇ ਚੁੰਕਾ ਸੁੱਚਾ ਕਰਕੇ ਖਾਵਾਂਗਾ ਜੇ ਇਸ ਭੋਜਨ ਨੂੰ ਮੈਂ ਖਾ ਲਿਆ ਮੇਰਾ ਨੇਮ ਵਿਗੜ ਜਾਏਗਾ ਜੇ ਹੋਵਤ ਪਕਵਾਨ ਬਨਾਇਸ ਕਿਤ ਤੋ ਬਤਰੀ ਮੈਂ ਖੁਦਾ ਮਿਟਾਇਸ ਕਹਿੰਦੇ ਜੇ ਤਲਿਆ ਪਕਵਾਨ ਬਣਾਇਆ ਹੁੰਦਾ ਤੇ ਭਾਪ ਪੂਰੀ ਤਰ੍ਹਾਂ ਬਣਿਆ ਹੀ ਹੁੰਦਾ ਤੇ ਕੱਚਾ ਫਿਰ ਤੇ ਮੈਂ ਇਸ ਨੂੰ ਖਾ ਕੇ ਆਪਣੀ ਭੋਜਨ ਜਿਹੜੀ ਆਪਣੀ ਭੁੱਖ ਲੱਗੀ ਹੈ ਉਸ ਨੂੰ ਮਿਟਾ ਸਕਦਾ ਸੀ ਇਸ ਬੇ ਤਰ ਤਤ ਬਹੁਤ ਚਿਤ ਮਾਹੀ ਉਤੋ ਛਦਤ ਪਰ ਚਖਸ ਨਹੀਂ ਕਹਿੰਦੇ ਇਸ ਕਰਕੇ ਆਪਣੇ ਮਨ ਵਿੱਚ ਤਰਕਾਂ ਕਰਦਾ ਹੈ ਹੈ ਤੇ ਭੁੱਖ ਹੈ ਪਰ ਭੋਜਨ ਖਾ ਨਹੀਂ ਰਿਹਾ ਹੈ ਔਰ ਅੰਤਰ ਕੀ ਲਖ ਪਭਵਾਨੂ ਲਿਆਏ ਅਨਿਕ ਭਾਂਤ ਪਕਵਾਨੂ ਪਰਮਾਤਮਾ ਨੇ ਫੇਰ ਉਹਦੇ ਮਨ ਦੀ ਜਾਣੀ ਕਹਿੰਦੇ ਉਹਦੇ ਮਨ ਦੀ ਜਾਣ ਕੇ ਪਰਮਾਤਮਾ ਬਣੇ ਹੋਏ ਭੋਜਨ ਲੈ ਕੇ ਆ ਗਿਆ ਹੈ ਜਿਸ ਟਿਕ ਧਰ ਕਰ ਅਨਤ ਸਿਧਾਰੇ ਮਾਈ ਦਾਸ ਨਿਹਾਰ ਵਿਚਾਰੇ ਉਹਦੇ ਅੱਗੇ ਭੋਜਨ ਰੱਖ ਕੇ ਰੱਬ ਕੋਈ ਹੋਰ ਰੂਪ ਧਰ ਕੇ ਆਇਆ ਅੱਗੇ ਧਰ ਕੇ ਕਿਤੇ ਹੋਰ ਬੰਨੇ ਚਲਾ ਗਿਆ ਹੈ ਇਸ ਭੀਕਾਨਾ ਕਨਨ ਕੇ ਮਾਹੀ ਮਾਨਵ ਕਿਸੇ ਥਾਂ ਨ ਦੇਖ ਨਹੀਂ ਹੁਣ ਇਹ ਸੋਚਣ ਲੱਗਿਆ ਮਾਈ ਦਾਸ ਜੰਗਲੀ ਨਾ ਕਨਾ ਕੋਰ ਹੈ ਕਮਾਸਾਨ ਦਾ ਜੰਗਲ ਹੈ ਮਨੁੱਖ ਕੋਈ ਵਿਖਦਾ ਨਹੀਂ ਇਹ ਮੇਰੇ ਅੱਗੇ ਪ੍ਰਸ਼ਾਦਾ ਕੌਣ ਰੱਖ ਕੇ ਜਾਂਦਾ ਹੈ ਇੱਕ 바 ਦਈ ਕਾਚਰ ਸੋਈ ਮੰ ਮਨ ਕੀ ਲਖ ਕਰ ਪੁਨ ਸੋਈ ਸੋਚਦਾ ਹੈ ਪਹਿਲੀ ਵਾਰੀ ਮੇਰੇ ਮਨ ਵਿੱਚ ਭੋਜਨ ਦੀ ਇੱਛਾ ਸੀ ਪਹਿਲਾਂ ਤੇ ਕੋਈ ਕੱਚਾ ਦੇ ਗਿਆ ਹੁਣ ਇਹ ਮੇਰੇ ਮਨ ਮੈਂ ਸੋਚਿਆ ਵੀ ਕੱਚਾ ਕਿਵੇਂ ਖਾਵਾਂਗਾ ਹੁਣ ਮੇਰੇ ਮਨ ਦੀ ਸੱਚ ਸੋਚ ਕੇ ਕੋਈ ਇੱਥੇ ਪੱਕਾ ਭੋਜਨ ਰੱਖ ਗਿਆ ਹੈ ਲਿਆਇਸ ਕੌਨ ਨਾ ਜਾਣਿਓ ਜਾਈ ਮਨ ਕੀ ਗਤ ਨਹਿ ਅਪਰ ਲਖਾਈ ਹੁਣ ਸੋਚਦਾ ਹੈ ਇਹ ਕੌਣ ਲੈ ਕੇ ਆਇਆ ਤੇ ਨਾਲ ਕਹਿੰਦਾ ਮੇਰੇ ਮਨ ਦੀ ਗੱਲ ਰੱਬ ਤੋਂ ਬਗੈਰ ਹੋਰ ਕੋਈ ਜਾਣਦਾ ਹੀ ਨਹੀਂ ਅੰਤਰਜਾਮੀ ਤੇ ਪਰਮਾਤਮਾ ਹੀ ਹੈ ਜਾਂ ਉਹ ਅੰਤਰਜਾਮੀ ਹੋ ਜਾਂਦਾ ਜਿਹੜਾ ਉਹਦੇ ਨਾਲ ਜੁੜ ਜਾਏ ਮਨੁੱਖ ਤੇ ਦੋਹੀ ਅੰਤਰਜਾਮੀ ਨੇ ਜਾਂ ਤੇ ਉਹ ਉਹਦਾ ਭਗਵਾਨ ਦੇ ਨਾਲ ਜੁੜਿਆ ਹੋਇਆ ਭਗਤ ਤੇ ਇਹ ਭਗਵਾਨ ਪ੍ਰਸਾਦ ਸੰਗਤ ਭਗਵਾਨ ਦੇ ਨਾਲ ਮਨੁੱਖ ਜੁੜਨ ਤੋਂ ਪਹਿਲਾਂ ਇਹ ਸੋਚਦਾ ਜਿਵੇਂ ਰਸਤਾ ਲੰਮਾ ਹੈ ਨਾ ਉਹ ਸੋਚਦਾ ਵੀ ਮੈਂ 2000 ਕਿਲੋਮੀਟਰ ਜਾਣਾ ਹੈ ਤੇ ਮਨੁੱਖ ਸੋ ਜੇ 2000 ਜੇ 2000 ਨੂੰ ਵੇਖੀ ਜਾਏ ਤੇ ਕਦੀ 2000 ਤੁਰੇਗਾ ਹੀ ਨਹੀਂ ਕਰੋ ਇੱਕ ਵਾਰੇ ਪ੍ਰਮਾਤਮਾ ਦੇ ਰਾਹ ਤੇ ਚੱਲਣ ਲਈ ਆਪਾਂ ਕਈ ਵਾਰੀ ਸੋਚਿਆ ਲੋਕਾਂ ਤੋਂ ਸੁਣੀਦਾ ਹੈ ਬੜਾ ਮਾਰਗ ਕਠਿਨ ਹੈ ਕਠਨ ਤੇ ਸਾਰੇ ਹੀ ਮਾਰਗ ਨਹੀਂ ਜੇ ਪ੍ਰਸ਼ਾਦਾ ਛਕਣਾ ਹੈ ਨਾ ਨਾ ਮਨੁੱਖ ਨਹੀਂ ਇਹ ਹੱਥ ਨੂੰ ਇੱਥੋਂ ਚੁੱਕ ਕੇ ਮੁਖ ਮੁਖ ਤੇ ਹੀ ਲੈ ਕੇ ਆਉਣਾ ਇਹ ਵੀ ਬੜਾ ਕਠਿਨ ਹੈ ਇਹ ਵੀ ਬਹੁਤ ਔਖਾ ਹੈ ਜੇ ਕਠਿਨ ਦੇ ਵੇਖੀਏ ਦੁਨੀਆ ਦੇ ਵਿੱਚ ਸਾਰੀ ਚੀਜ਼ਾਂ ਹੀ ਇਕੱਠੇ ਨੇ ਆਸਾਨ ਬਣਾਣੀਆਂ ਪੈਂਦੀਆਂ ਨੇ ਪਰ ਅਸਲ ਦੇ ਵਿੱਚ ਕਹਿੰਦੇ ਇੱਕ ਵਾਰੀ ਇੱਕ ਭਗਤ ਉਹਦੇ ਘਰ ਤੋਂ ਦੂਰ ਸੀ ਮੰਦਿਰ 8 8-10 ਮੀਲ ਤੇ ਉਹ ਸੋਚਦਾ ਉਹ ਤੇ ਦਰਸ਼ਨ ਕਰਨ ਲਈ ਜਾਵਾਂਗਾ ਰੋਜ਼ ਦਿਹਾੜੀ ਇਹੀ ਮਨ ਦੇ ਵਿੱਚ ਇੱਛਾ ਲੈ ਕੇ ਦਰਸ਼ਨ ਕਰਾਂਗਾ ਕਰਾਂਗਾ ਰੋਜ਼ ਅੜੇ ਇੱਛਾਾਂਾਂ ਤੇ ਬਣਾਉਂਦਾ ਇੱਕ ਦਿਨ ਲਾਲ ਟੇਨ ਲੈ ਕੇ ਨਾ ਸਵੇਰੇ ਸਵੇਰੇ ਸੋਚਦਾ ਸਵਕਤੇ ਨਿਕਲਾਂਗਾ ਤੇ ਜਾ ਕੇ ਛੇਤੀ ਉਹ ਪਹੁੰਚ ਜਾਵਾਂਗਾ ਮੰਦਰ ਤੇ ਲਾਲ ਟੇਨ ਲੈ ਕੇ ਘਰੋਂ ਨਿਕਲਿਆ ਪਿੰਡ ਤੋਂ ਬਾਹਰ ਗਿਆ ਹਨੇਰਾ ਬੜਾ ਸੀ ਜ਼ਿਆਦਾ ਸੋਚਦਾ ਹੈ ਸਾਰੀ ਦੂਰ ਤੇ ਹੀ ਹਨੇਰਾ ਹੈ ਔਰ ਲਾਲ ਟੇਨ ਦਾ ਚਾਨਣਾ ਤੇ ਸਿਰਫ ਥੋੜੀ ਚਾਰ ਕਦਮਾਂ ਤਾਈ ਹੈ ਇਹਨੇ ਮੈਂ ਤਾਂ ਅੱਗੇ ਹਨੇਰੇ ਵਿੱਚ ਜਾ ਹੀ ਨਹੀਂ ਸਕਾਂਗਾ ਚਾਰ ਕਦਮਾਂ ਤੇ ਚਾਨਣਾ ਹੈ ਕਿਵੇਂ ਜਾਵਾਂਗਾ ਦੂਰੋਂ ਕੋਈ ਸਿਆਣਾ ਮਨੋ ਖਾਇਆ ਕਹਿੰਦਾ ਕਿਉਂ ਬੈਠਾ ਹੈ ਕਹਿੰਦੇ ਮੈਂ ਜਾਣਾ ਤੇ ਲੋ ਗੁਰਦੁਆਰੇ ਜਾਣਾ ਹੈ ਮੰਦਰ ਜਾਣਾ ਹੈ ਪਰ ਚਾਨਣਾ ਇਹਦਾ ਚਾਰ ਕਦਮ ਤਈਆ ਮੈਂ ਕਿਵੇਂ ਜਾਵਾਂਗਾ ਉਹ ਕਹਿੰਦਾ ਚਾਰ ਕਦਮ ਤੁਰ ਚਾਰ ਕਦਮਾਂ ਤੇ ਪਹੁੰਚੇਗਾ ਚਾਨਣਾ ਚਾਰ ਕਦਮ ਅੱਗੇ ਚੱਲ ਜਾਏਗਾ ਆਈਏ ਬੈਟਰੀ ਆਪਾਂ ਹੁਣ ਇੱਥੋਂ ਵੇਖੀ ਇਹ ਮਾਰੀਏ ਤੇ ਉੱਥੋਂ ਤਾਂ ਹੀ ਚਾਨਣਾ ਹੈ ਗੇਟ ਤੇ ਹੀ ਜਾਵਾਂਗੇ ਤੇ ਚਾਨਣਾ ਅੱਗੇ ਚਲਾ ਜਾਏਗਾ ਕਹਿੰਦੇ ਅਸਲ ਦੇ ਵਿੱਚ ਚਾਰ ਕਦਮ ਤੁਰਤੇ ਸਹੀ ਚਾਨਣਾ ਤੇਰੇ ਨਾਲ ਅੱਗੇ ਤੁਰ ਪਏਗਾ ਜਿੰਨੇ ਕਦਮ ਤੂੰ ਅੱਗੇ ਵਧੇਗਾ ਉਨੇ ਕਦਮ ਚਾਨਣਾ ਵੀ ਤੇ ਵਧੇਗਾ ਅੱਗੇ ਅਨੇ ਐਵੇਂ ਚੱਲਦੇ ਆ ਚੱਲਦੇ ਆ ਭਾਵੇਂ ਹਜ਼ਾਰਾਂ ਕਿਲੋਮੀਟਰ ਚਲਾ ਜਾ ਪਰ ਗੱਲ ਤੈਨੂੰ ਆਪਣੇ ਆਪ ਧੁਰੋਂ ਦੇ ਮਹਾਰਾਗ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਤੂੰ ਇੱਕ ਕਦਮ ਧਰਨ ਦੀ ਤੇ ਸੋਚ ਕਦਮ ਧਰਨ ਦੀ ਸੋਚੀ ਨਹੀਂ ਰੋਜ ਦਿਹਾੜੀ ਪੁੱਛੇ ਤ ਪਥਿਕ ਤੇ ਇਹ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਈ ਹੈ ਰੱਬ ਦੇ ਆ ਦੇਸ਼ਾਂ ਚ ਗੱਲਾਂ ਨਾਲ ਨਹੀਂ ਜਾਇਆ ਜਾਂਦਾ ਧਰਨਾ ਪੈਂਦਾ ਕਦਮ ਇਸ ਕਰਕੇ ਇਹ ਮਾਈ ਦਾਸ ਜਿਹੜਾ ਹੈ ਜੰਗਲ ਦੇ ਵਿੱਚ ਆਪਣੇ ਵੱਲੋਂ ਹੈਰਾਨ ਹੋ ਗਿਆ ਪਰੇਸ਼ਾਨ ਹੋ ਗਿਆ ਇਹ ਮੇਰੇ ਅੰਦਰ ਦੀ ਗੱਲ ਪਰਮਾਤਮਾ ਤੋਂ ਸਵੇ ਕੋਈ ਹੋਰ ਨਹੀਂ ਜਾਣਦਾ ਹੈ ਪ੍ਰਭ ਬਿਨ ਔਰ ਨਹੀਂ ਇਹ ਕੋਈ ਔਰ ਕੀ ਲਖ ਲਿਆਵਤ ਭਾ ਸੋਈ ਉਹਨੂੰ ਨਿਸ਼ਚਾ ਹੋ ਗਿਆ ਮੇਰੇ ਪਰਮਾਤਮਾ ਤੋਂ ਬਗੈਰ ਕੋਈ ਨਹੀਂ ਹੈ ਇਹ ਜ਼ਰੂਰ ਜਿਹੜਾ ਵੀ ਕਰ ਰਿਹਾ ਹੈ ਇਹ ਪਰਮਾਤਮਾ ਹੀ ਕਰ ਰਿਹਾ ਹੈ ਨਹੀਂ ਮੁਜ ਕੋ ਦਰਸ਼ਨ ਦਿਖ ਰਾਇਸ ਦੋਏ ਬਾਰ ਦੇ ਅਨ ਸਦਾਇਸ ਕਹਿੰਦੇ ਇਹ ਮੈਨੂੰ ਦਰਸ਼ਨ ਨਹੀਂ ਦੇ ਰਿਹਾ ਦੋ ਵਾਰੀ ਆਇਆ ਤੇ ਜਰੂਰ ਹੈ ਬਿਨਾ ਦਰਸ਼ਨ ਦਿੱਤੇ ਹੀ ਭਜ ਗਿਆ ਹੈ ਇਮ ਵਿਚਾਰ ਕਰ ਹੇ ਰਮ ਲਾਗਾ ਚੋਂ ਦਿਸ ਫਿਰਤ ਵਧਿਓ ਅਨੁਰਾਗਾ ਐਵੇਂ ਕਰਕੇ ਇੱਕ ਦੂਜੀ ਸਾਈਡ ਚ ਵੇਖਣ ਲੱਗਿਆ ਤੇ ਉਹਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਵਧ ਗਿਆ ਹੈ ਪਰਿਓ ਆਪਤਵਾਨ ਇਤ ਉਤ ਖੋਜਤ ਪਯੋ ਹਿਰਾਣ ਭਗਵਾਨ ਜਿਹੜਾ ਉਹਦਾ ਭੋਜਨ ਹੈ ਉੱਥੇ ਹੀ ਪਿਆ ਰਿਆ ਇਧਰ ਉਧਰ ਚੱਲਦਾ ਹੈ ਭਗਵਾਨ ਨੂੰ ਖੋਜ ਰਿਆ ਹੈ ਪ੍ਰੇਮ ਸਮੁੰਦਰ ਵਿਖੇ ਵਹਿ ਗਯੋ ਮਾਈ ਤਾਸ ਕਾਹ ਨਹਿ ਲਹਿਯੋ ਪ੍ਰੇਮ ਦੇ ਸਮੁੰਦਰ ਵਿੱਚ ਵਹਿ ਗਿਆ ਸਮਝ ਲਓ ਉਹਨੂੰ ਥੜਲੀ ਨਹੀਂ ਮਿਲ ਰਿਆ ਚਾ ਉਹਨੂੰ ਜੜ ਗਿਆ ਜਿਹੜਾ ਰੋਜ਼-ਰੋਜ਼ ਪ੍ਰਮਾਤਮਾ ਦਾ ਨਾਮ ਲਏ ਜੇ ਕਿਤੇ ਉਹਨੂੰ ਮਾੜੀ ਜੀ ਝਲਕ ਵਿਖ ਜਾਏ ਉਹ ਤੇ ਵੈਸੇ ਹੀ ਕਹੇਗਾ ਵੀ ਅੱਜ ਤੇ ਪ੍ਰਮਾਤਮਾ ਹੀ ਨੇੜੇ ਆ ਗਿਆ ਇਸ ਕਰਕੇ ਇਸ ਸਮੁੰਦਰ ਦੇ ਵਿੱਚ ਉਹ ਵਹਿ ਤੁਰਿਆ ਹੈ ਰੁਦਨ ਕਰਤ ਅਰ ਉਚ ਪੁਕਾਰ ਨਹ ਕੰਕੀ ਸਦ ਪਛ ਸੰਭਾਰ ਰੋਂਦਾ ਹੈ ਉੱਚੀ ਉੱਚੀ ਪੁਕਾਰਦਾ ਹੈ ਭਗਵਾਨ ਲੋਕ ਨਾ ਸਾਹਮਣੇ ਆ ਬੜੀ ਉੱਚੀ ਉੱਚੀ ਰੋ ਰਿਹਾ ਕਹਿੰਦੇ ਮੈਂ ਰੋਟੀ ਨਹੀਂ ਖਾਣੀ ਤੂੰ ਮੈਨੂੰ ਦਰਸ਼ਨ ਦੇ ਮੈਂ ਇਹਦੇ ਵਾਸਤੇ ਹੀ ਬੈਠਾ ਹਾਂ ਕੁਨ ਕਾਵਤ へ पतत उदाहरण ऐगन श्याम जगत उच्ची उच्ची कर, के करण ਉੱਚੀ ਉੱਚੀ ਕਹਿੰਦਾ ਹੈ ਪਾਪੀਆਂ ਦਾ ਉਦਾਰ ਕਰਨ ਵਾਲੇ ਪ੍ਰਮਾਤਮਾ ਦੁਨੀਆ ਦੀ ਰਚਨ ਕਰਨ ਵਾਲੇ ਪ੍ਰਮਾਤਮਾ ਕਿਰਪਾ ਕਰ ਦੂਰ ਨਾ ਜਾ ਨੇੜੇ ਹੋ ਕੇ ਮੈਨੂੰ ਦਰਸ਼ਨ ਦੇ اے ਅਨਾਥ ਕੇ नाथ किरपाल ਨਾਮ ਗਰੀਬ ਨਿਵਾਜ ਬਿਸਾਲਾ ਵੇਖੋ ਕਿਹੜੇ ਕਿਹੜੇ ਨਾਮ ਲੈਂਦਾ ਕਹਿੰਦੇ ਹੇ ਅਨਾਥਾਂ ਦੇ नाथ ਮੈਂ ਅਨਾਥਾਂ ਦੁਨੀਆ ਵਿੱਚ ਮੇਰਾ ਕੋਈ ਆਸਰਾ ਨਹੀਂ ਹੈ ਹੇ ਕਿਰਪਾਲੂ ਹੇ ਗਰੀਬ ਨਿਵਾਜ ਨਿਮਾਣਿਆਂ ਨੂੰ ਮਾਣ ਦੇਣ ਵਾਲਿਆ ਮੇਰੇ ਸਾਹਮਣਿਆ ਹੇ ਮਨ ਮੋਹਣ ਸੁੰਦਰ ਸਾਵਰ ਮੈਂ ਮਲੀਨ ਪਾਮਰ ਤੇ ਪਾਮਰ ਹੇ ਪ੍ਰਮਾਤਮਾ ਮਨ ਨੂੰ ਮੋਹ ਲੈਣ ਵਾਲਿਆ ਮੈਂ ਤੇ ਨੀਚ ਤੋਂ ਨੀਚਾ ਮੇਰੇ ਵਰਗਾ ਪਾਪੀ ਕੋਈ ਨਹੀਂ ਹੈ ਕਿਰਪਾ ਕਰਕੇ ਮੇਰੀ ਨੀਚਤਾ ਨੂੰ ਨਾ ਵੇਖ ਮੈਨੂੰ ਆ ਕੇ ਦਰਸ਼ਨ ਦੇ ਆਪਣੋ ਬਿਰਤ ਸੰਭਾਰਨ ਕਰਿਏ ਮਮ ਆਪਕੁਨ ਕੋ ਨਹੀਂ ਨਿਹਰੀਏ ਵੇਖੋ ਸਾਧ ਸੰਗਤ ਇਹ ਮਾਈ ਦਾ ਅਰਦਾਸ ਤੇ ਉਹ ਕਰ ਰਿਹਾ ਸिखਾ ਸਾਨੂੰ ਵੀ ਰਿਹਾ ਹੈ ਕਿਉਂਕਿ ਜਦੋਂ ਵੀ ਕਿਸੇ ਦੇ ਨੇੜੇ ਲੱਗਣਾ ਹੈ ਨਾ ਉਹਨੂੰ ਕੁਛ ਨਾ ਕੁਛ ਤੇ ਕਹਿ ਕੇ ਪੁਕਾਰਨਾ ਪੈਂਦਾ ਹੈ ਦੁਨੀਆ ਦੇ ਵਿੱਚ ਜੇ ਪ੍ਰਮਾਤਮਾ ਨੂੰ ਐਸੀ ਨਹੀਂ ਹੈ ਆਪਾਂ ਕਹਿੰਨੇ ਪ੍ਰਮਾਤਮਾ ਨੂੰ ਪਾਉਣਾ ਜਦੋਂ ਜਦੋਂ ਉਹਦੀ ਮਹਿਮਾ ਗਾਇਨ ਕਰਾਂਗੇ ਮਿਲ ਉਹ ਜਾਂਦਾ ਹੈ ਗੱਲ ਇਹ ਨਹੀਂ ਸਾਡੇ ਹਿਰਦੇ ਵਿੱਚ ਉਹ ਥਾਂ ਹੋਣੀ ਚਾਹੀਦੀ ਹੈ ਪਹਿਲਾਂ ਹਿਰਦਾ ਤਿਆਰ ਹੋਏਗਾ ਉਹ ਬਹਿਣ ਲਈ ਤਿਆਰ ਹੈ ਗੱਲ ਪਹਿਲੀ ਹੈ ਹਿਰਦਾ ਤਿਆਰ ਹੋਏ ਜਦੋਂ ਤਈ ਹਿਰਦੇ ਦੇ ਵਿੱਚ ਵਿਸ਼ੇਵਕਾਰ ਨੇ ਕਿਸੇ ਦੀ ਨਿੰਦਿਆ ਚੁਗਲੀ ਦਿਲ ਦੇ ਵਿੱਚ ਹੋਰ ਬੜਾ ਕੁਝ ਬੈਠਾ ਹੋਇਆ ਉਦੋਂ ਤੇ ਰੱਬ ਕਿੱਥੇ ਕਹਿੰਦਾ ਹੈ ਕਿਰਪਾਲੂ ਪਤਿਤ ਪਾਵਨ ਆਪਣੇ ਬਿਰਧ ਨੂੰ ਸੰਭਾਰੋ ਕਿਉਂਕਿ ਤੁਹਾਡਾ ਬਿਰਧ ਕੀ ਹੈ اے ਪ੍ਰਮਾਤਮਾ ਜੀ ਤੁਹਾਡਾ ਸੁਭਾਅ ਇਹ ਹੈ ਤੁਸੀਂ ਔਗਣ ਨਹੀਂ ਵੰਦੇ ਇਹ ਪ੍ਰਮਾਤਮਾ ਦਾ ਸੁਭਾਅ ਹੈ ਜੇ ਕਿਤੇ ਉਹ ਜੀਵਾਂ ਦੇ ਔਗਣ ਵੇਖ ਲੈਣ ਲੱਗ ਜੇ ਸਾਧ ਸੰਗਤ ਇੱਕ ਸੈਕਿੰਡ ਵੀ ਇਹ ਧਰਤੀ ਨਹੀਂ ਚੱਲ ਸਕਦੀ ਜੇ ਔਗਣਾਂ ਦੇ ਹਿਸਾਬ ਨਾਲ ਇਨਸਾਫ ਕਰੇ ਉਹ ਮਹਾਰਾਜ ਬਾਣੀ ਚ ਕਹਿੰਦੇ ਨੇ ਲੇਖ ਕਤਹਿਨਾ ਛੁਟ ਗਿਆ ਖਿੰਖਿਨ ਭੁੱਲਣ ਹਾਲ ਇੱਕ ਇੱਕ ਸੈਕਿੰਡ ਨੂੰ ਖੁੱਲਦਾ ਹੈ ਇੱਕ ਇੱਕ ਸੈਕਿੰਡ ਉਹਨੂੰ ਜਿਹਨੇ ਇੰਨਾ ਕੁਝ ਦਿੱਤਾ ਹੋਇਆ ਹੈ ਕਹਿੰਦੇ ਇਹ ਆਪਣਾ ਵਿਰਧ ਸੰਭਾਰੋ ਕਿਉਂਕਿ ਵੇਖੋ ਪ੍ਰਮਾਤਮਾ ਵੇਖਦਾ ਨਹੀਂ ਹੈ ਪਰ ਉਹਦੇ ਸੁਭਾਅ ਦਾ ਭਗਤਾ ਨੇ ਪਤਾ ਲਾਇਆ ਹੋਇਆ ਹੈ ਵੇਖਦਾ ਉਹ ਨਹੀਂ ਹੈ ਜਿਵੇਂ ਸਾਇੰਸ ਦੀ ਖੋਜ ਕੀਤੀ ਨਿਊਟਨ ਅਰੋਣੇ ਵੀ ਧਰਤੀ 'ਚ ਗ੍ਰੈਵਿਟੇਸ਼ਨ ਹੈ ਉਹਨਾਂ ਖੋਜ ਕਰ ਲਈ ਭਗਤਾ ਨੇ ਪ੍ਰਮਾਤਮਾ ਦੀ ਖੋਜ ਕਰ ਲਈ ਉਹਦੇ ਕਿਹੜੇ ਕਿਹੜੇ ਗੁਣ ਨੇ ਕਿੰਨੇ ਨਾਮ ਧਰਤੇ ਉਹਨਾਂ ਕਿਸੇ ਨੂੰ ਇਹ ਵੇਖਿਆ ਕਿਸੇ ਦੀ ਮਦਦ ਕਰਤੀ ਪਰਮਾਤਮਾ ਨੇ ਕਹਿੰਦਾ ਤੂੰ ਤੇ ਗਰੀਬਨਵਾਜ਼ ਐ ਕਿਸੇ ਦੀ ਫਸੇ ਹੋਏ ਦੀ ਮਦਦ ਤੂੰ ਪਰਮਾਤਮਾ ਕਿਰਪਾਲੂ ਐ ਤੂੰ ਦਿਆਲੂ ਕਿੰਨੇ ਨਾਮ ਨੇ ਪਰ ਜਿਹੜਾ ਕਿਰਪਾਲੂ ਉਹਨੂੰ ਕਹਿੰਦਾ ਉਹਨੂੰ ਵਿਸ਼ਵਾਸ ਹੁੰਦਾ ਉਹ ਕਿਰਪਾਲੂ ਐ ਕਹਿੰਦੇ ਇਸ ਕਰਕੇ ਇਹ ਪਰਮਾਤਮਾ ਜੀ ਆਪਣੇ ਬਿਰਧ ਨੂੰ ਸੰਭਾਰੋ ਆਪਣੇ ਸੁਭਾਅ ਦੀ ਪਾਲਣਾ ਕਰੋ ਮੈਨੂੰ ਔਗਣ ਹਾਰੇ ਨੂੰ ਦਰਸ਼ਨ ਦੇਵੋ ਹੋਏ ਕਿਰਪਾਲ ਦੇਹੋ ਦਰਸ ਕੋ ਸਾਈਂ ਪ੍ਰਥਮ ਜਤਾ ਭੋਜਨ ਦੇ ਆਈ हे ਪ੍ਰਮਾਤਮਾ ਜਿਵੇਂ ਭੋਜਨ ਦਿੱਤਾ ਸੀ ਨਾ ਆ ਕੇ ਪਹਿਲਾਂ ਹੁਣ ਆ ਕੇ ਮੈਨੂੰ ਦਰਸ਼ਨ ਦੇਣਾ ਕਰੋ ਇਤਿਆਦਿਕ ਪ੍ਰਭ ਕੋ ਜਸ ਕਹੈ ਬੇਨਤੀ ਕਰਤ ਨੀਚ ਨਿਜ ਲਹਿ ਇਤਿਆਦਿਕ ਐਵੇਂ ਕਹਿ ਕੇ ਕੇ ਬੇਨਤੀਆਂ ਕਰਦਾ ਅਤੇ ਆਪਣੇ ਆਪ ਨੂੰ ਨੀਚ ਸਮਝ ਰਿਹਾ ਹੈ ਕਰਿਓ ਪ੍ਰੇਮ ਨੇ ਬਿਆਕੁਲ ਭਾਰਾ ਬਭ ਸਿਆਮ ਕਨ ਬਿਰਦ ਸੰਭਾਰਾ ਜਦੋਂ ਪ੍ਰੇਮ ਦੇ ਵਿੱਚ ਵਿਆਕੁਲ ਹੋ ਗਿਆ ਸਮਝ ਲਓ ਬਿਲਕੁਲ ਜਦੋਂ ਪ੍ਰਮਾਤਮਾ ਨੂੰ ਇਹ ਲੱਗਦਾ ਹੈ ਨਾ ਵੀ ਹੁਣ ਇਹ ਡਿੱਗਣੀ ਵਾਲਾ ਹੈ ਉਦੋਂ ਆਉਂਦਾ ਹੈ ਬਸ ਜਦੋਂ ਉਹਨੂੰ ਲੱਗ ਜਾਂਦਾ ਨਾ ਵੀ ਹੁਣ ਇਹ ਪੱਕਾ ਉਹਨੂੰ ਲੱਗ ਜਾਂਦਾ ਵੀ ਇਹ ਚਾਹਵਾਨ ਹੈ ਇਸ ਚੀਜ਼ ਦਾ ਉਸ ਤੋਂ ਭਾਵੇਂ ਉਹ ਤੇ ਅੱਧਾ ਬਾਟਾ ਵੀ ਅੱਧਾ ਦੁਨੀਆ ਵੀ ਰਹਿ ਜਾਏ ਪ੍ਰਮਾਤਮਾ ਉਦੋਂ ਨਹੀਂ ਹੁੰਦਾ ਉਹ ਪ੍ਰਮਾਤਮਾ ਨੇ ਹੁਣ ਸੋਚਿਆ ਵੀ ਇਹ ਹੁਣ ਬਿਲਕੁਲ ਅੰਤ ਦੇ ਵਿੱਚ ਹੈ ਪ੍ਰੇਮ ਦੇ ਵਿੱਚ ਵਿਆਕੂਲ ਹੋ ਗਿਆ ਹੁਣ ਪ੍ਰਮਾਤਮਾ ਕਹਿੰਦਾ ਮੈਨੂੰ ਆਪਣਾ ਵੀ ਬਿਰਧ ਸੰਭਾਰਨਾ ਚਾਹੀਦਾ ਹੈ ਆ ਦ੍ਰਿਸ਼ ਹੋਇ ਕਰਿ ਸ਼੍ਰੀ ਭਗਵਾਨ ਹਿਤ ਕਲਿਆਣ ਸੋ ਕਰਿਓ बखਾਨ ਅਦ੍ਰਿਸ਼ ਹੋ ਕੇ ਭਗਵਾਨ ਨੇ ਲੁਕ ਕੇ ਕਿਹਾ ਉਹਦਾ ਕਲਿਆਣ ਕਰ ਜਿਵੇਂ ਭਗਤ ਧੰਨਾ ਜੀ ਸਨ ਜਦੋਂ ਪ੍ਰਮਾਤਮਾ ਦੇ ਅੱਗੇ ਬਿਲਕੁਲ ਬਹਿ ਗਏ ਐਵੇਂ ਨਹੀਂ ਪਹਿਲੇ ਦਿਨ ਮਿਲ ਗਿਆ ਪਰਮਾਤਮਾ ਨੇ ਵੇਖਿਆ ਤੇ ਰੋਟੀ ਖਾਂਦਾ ਹੀ ਨਹੀਂ ਐਵੇਂ ਤੇ ਭੁੱਖਾ ਮਰ ਜਾਏਗਾ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਆ ਕੇ ਐਵੇਂ ਸਮਝ ਲਓ ਕਿਸੇ ਮਨੁੱਖਾਂ ਦੇ ਰੂਪ ਵਿੱਚ ਹੀ ਆ ਕੇ ਦੇ ਜਾਂਦਾ ਹੈ ਉਹਦਾ ਕੋਈ ਪਤਾ ਨਹੀਂ ਜਦੋਂ ਮਨੁੱਖ ਉਹਦੇ ਅੱਗੇ ਬੇਨਤੀਆਂ ਕਰੇ ਨਾ ਤਾਂ ਕਿ